मैं आपके निरीक्षक विजय कुमार, असिस्टेंट कमिश्नर श्री राहुल पाटिया जी और आबकारी अफसर श्री गौतम गोविंद जी की दिशा निर्देशों अनुसार जो सरकार वालों नशा मुक्त करने लिए मुहिम चलाई गई है उसके अधीन अज मैं अते मेरी पुलिस पार्टी आबकारी पुलिस पार्टी अते थाना कणी के बांगर दी पुलिस के नाल जॉइंट रेड करते हुए पिंड कोटली ढाडियां दे एक व्यक्ति का घर जिहदा नाम गुरमेल सिंह दे घर रेड किया गया। रेड के दौरान उत्थे एक लोहे का ड्रम मिलिया जिहदे च तकरीबन 70 किलो लान पाई गई है, उन्हें जब्त करके उसके अगेंस्ट असी एक परचा दर्ज किया गया है। मौके पर वह बंदा फरार सी। ਕੋਟਲੀ ਢਾਡੀਆਂ ਤਲਵੰਡੀ ਨੂੰ ਜੀ ਰੇਡ ਕੀਤੀ, ਕੋਟਲੀ ਢਾਡੀਆਂ ਕੀਤੀ ਗਈ ਸੀ ਜੋ ਐਕਸਾਈਜ਼ ਇੰਸਪੈਕਟਰ ਵਿਜੇ ਕੁਮਾਰ ਸੀਗੇ, ਨਾਲ ਉਹਨਾਂ ਦਾ ਸਿਵਲ ਦਾ ਸਟਾਫ ਜਿਹੜਾ ਸੀਗਾ ਐਕਸਾਈਜ਼ ਸਟਾਫ ਅਤੇ ਨਾਲ ਉਹਨਾਂ ਦੇ ਐਕਸਾਈਜ਼ ਸਟਾਫ ਦੇ ਪੁਲਿਸ ਸੀਗੀ। ਉਹਨਾਂ ਮੈਨੂੰ ਦੱਸਿਆ ਕਿ ਗੁਰਮੇਲ ਸਿੰਘ ਕੋਟਲੀ ਢਾਡੀਆਂ ਦਾ ਜਿਹਦੇ ਘਰ ਕਾਫੀ ਜ਼ਿਆਦਾ ਲਾਮ ਦੀ ਮਾਤਰਾ ਵਾ, ਸਾਡੇ ਨਾਲ ਰੇਡ ਕੀਤਾ ਜਾਵੇ। ਮੈਂ ਆਪਣੇ ਸਮੁੱਚੇ ਸਟਾਫ ਨਾਲ ਜਾ ਕੇ ਉਹਦੇ ਘਰ ਰੇਡ ਕੀਤਾ। ਇੱਥੋਂ ਇੱਕ ਸਟੋਰ ਦੇ ਪਿਛਲੇ ਆਪਣੇ ਛੋਟੀ ਜਿਹੀ ਜਗ੍ਹਾ ਇਸ ਬਣੀ ਸੀ, ਇੱਕ ਡਰਮੀ ਕਰੀਬ ਗਾਂ ਦੀ ਮਿਲੀ ਜਿਹਦਾ ਵਜਨ ਤਕਰੀਬਨ 70 ਕਿਲੋ ਹੋਈ ਆ। ਜਿਹਦੇ ਜੋ ਕਰਮਾ ਜਿਹੜਾ ਪਤੀ ਬੜਾ ਤੇਈ ਐਕਸਾਈਜ਼ ਦਾ ਦਰਜ ਕਰ ਦਿੱਤਾ ਗਿਆ, ਆਪ ਘਰੋਂ ਫਰਾਰ ਸੀਗਾ, ਜਿਹਦੇ ਗੁਆਂਢੀਆਂ ਨੂੰ ਲਾ ਲਿਆ ਕਿ ਉਹਦੇ ਘਰ ਰੇਡ ਕੀਤਾ ਗਿਆ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।